जो नहीं मैडम आई है वो सारी गलत गलत कही, नहीं एक कुड़ी बच जाती आज। ਡਾਕਟਰ ਅਕਸਰ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਰਹਿੰਦੇ ਨੇ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਖੰਨਾ ਤੋਂ, ਜਿੱਥੇ ਸਰਕਾਰੀ ਹਸਪਤਾਲਾਂ 'ਚ 8 ਸਾਲਾਂ ਦੀ ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਲੋਕਾਂ ਨੇ ਹਸਪਤਾਲ 'ਚ ਹੰਗਾਮਾ ਕਰ ਦਿੱਤਾ ਅਤੇ ਬੱਚੀ ਦੀ ਮੌਤ ਨੂੰ ਡਾਕਟਰ ਦੀ ਲਾਪਰਵਾਹੀ ਦੱਸਿਆ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲਾ ਪ੍ਰਫੁੱਲ ਆਪਣੀ ਬਿਮਾਰ ਧੀ ਨੂੰ ਲੈ ਕੇ ਸਰਕਾਰੀ ਹਸਪਤਾਲ ਆਇਆ ਸੀ। ਲੜਕੀ ਦੇ ਪਿਤਾ ਪ੍ਰਫੁੱਲ ਨੇ ਦੱਸਿਆ ਕਿ ਡਾਕਟਰ ਵੱਲੋਂ ਬੱਚੀ ਦਾ ਇਲਾਜ ਕਰਨ ਦੀ ਬਜਾਏ ਦੁਰਵਿਵਹਾਰ ਕੀਤਾ ਗਿਆ। ਕੋਈ ਚੈੱਕਅਪ ਨਹੀਂ ਕੀਤਾ ਗਿਆ ਤੇ ਬਿਨਾਂ ਲੜਕੀ ਦੀ ਜਾਂਚ ਕੀਤੇ ਹੀ ਦਵਾਈਆਂ ਦੇ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਪ੍ਰਫੁੱਲ ਨੇ ਇਲਜ਼ਾਮ ਲਗਾਇਆ ਕਿ ਹੁਣ ਹਸਪਤਾਲ ਵਾਲਿਆਂ ਨੇ ਉਹਨਾਂ ਦੀਆਂ ਪਰਚੀਆਂ ਵੀ ਗਾਇਬ ਕਰ ਦਿੱਤੀਆਂ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਡਾਕਟਰ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕੱਲ ਨੂੰ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ। ਸਰ ਮੈਂ ਪਹਿਲੇ ਤਾਂ ਛੋਟਾ ਡਾਕਟਰ ਕੋ ਦਿਖਾਇਆ ਤਾਂ ਵਹਾਂ ਪੇ, ਇਸਕਾ ਬਾਅਦ ਬਲੱਡ ਟੈਸਟ ਕਰਨ ਕਾ ਬਾਅਦ ਜਬ ਸੈੱਲ ਜ਼ਿਆਦਾ ਘੱਟ ਤਾਂ ਮੈਂ ਲੈ ਕੇ ਆਇਆ 11 ਵਜੇ। 11 ਵਜੇ ਇੱਕ ਲੇਡੀ ਡਾਕਟਰ ਥਾ, ਉਹ ਮੇਰੇ ਕੋਲ ਅਟੈਂਡ ਨਹੀਂ ਕੀਆ, ਬੋਲਾ ਠੀਕ ਹੈ ਲੈ ਜਾਓ 2 ਟੈਬਲੇਟ ਦੇ ਕੇ ਪਰਚੀ ਦੇ ਕੇ ਭੇਜ ਦਿਆ। ਹਾਂਜੀ ਫਿਰ ਹਮ ਲੋਕ ਠੀਕ ਹੈ। ਇਸਕਾ ਬਾਅਦ ਫਿਰ ਸਰ ਜਬ ਜ਼ਿਆਦਾ ਹੋਇਆ 4 ਵਜੇ ਕਰੀਬ ਮੈਂ ਲੈ ਕੇ ਆਇਆ ਯਹਾਂ ਪੇ, ਸਰਦਾਰ ਜੀ ਥੇ ਆਪਣਾ ਨਾਮ ਤਾਂ ਪਤਾ ਨਹੀਂ, ਉਹ ਟ੍ਰੀਟਮੈਂਟ ਜੋ ਵੀ ਗਲੂਕੋਜ਼ ਵਗੈਰਾ ਲਗਾਇਆ ਔਰ ਪਤਾ ਨਹੀਂ ਹੱਥ ਮੇਂ ਕੁਛ ਲਗਾ ਕੇ ਚੈੱਕ ਕੀਏ, ਇਸਕਾ ਬਾਅਦ ਬੋਲੇ ਵਹਾਂ ਪੇ ਪਟਿਆਲਾ ਲੈ ਜਾਓ ਜਾਣੇ ਕੇ ਲੀ, ਨਹੀਂ ਲੇਟ ਨਹੀਂ ਗਏ, ਇਸ ਤੋਂ ਪਹਿਲੇ ਆਪਣਾ ਬੱਚਾ ਬੈਡ ਕੇ ਉੱਪਰ ਹੀ ਬੈਡ ਡੈਡ ਹੋ ਗਿਆ। ਬੱਚੇ ਦਾ ਨਾਮ ਕਿਆ ਹੈ? ਪ੍ਰਤੀਕ ਹੈ, ਉਮਰ 8+9। ਬਿਲਕੁਲ ਸਰ ਮੈਂ 100% ਬੋਲੇਂਗੇ ਮੇਰਾ ਬੱਚਾ ਡਾਕਟਰ ਕੇ ਲੀਏ ਮੇਰਾ, ਕਿਉਂਕਿ 11 ਵਜੇ ਮੇਰੇ ਕੋਈ ਬੋਲਾ ਹੋਤਾ ਤਾਂ ਕੋਈ ਬੜੀਆ ਡਾਕਟਰ ਕਾ ਪਾਸ ਲੈ ਜਾਏ ਕਿ ਔਰ ਕਹਾਂ ਲੈ ਜਾ ਤਾਂ ਮੈਂ ਸ਼ਾਇਦ ਇਸਕੋ ਠੀਕ ਕਰ ਸਕਤਾ ਥਾ, ਉਹ ਮੇਰੇ ਕੋ ਬੋਲਾ ਘਰ ਲੈ ਜਾਓ ਠੀਕ ਹੈ, ਵਹਾਂ ਮੰਗ ਕਰ ਰਹਾ ਹੂੰ ਇਹ ਆਗੇ ਜੈਸੇ ਐਸੇ ਨਹੀਂ ਹੈ, ਮੈਂ ਤਾਂ ਮੇਰਾ ਬੱਚੇ ਕੋ ਲੈ ਜਾਤਾ ਹੂੰ ਆਗੇ, ਔਰ ਬੱਚੇ ਕੇ ਲਈ ਨਹੀਂ ਹੋਣਾ ਚਾਹੀਏ। ਇਸ ਘਟਨਾ ਹੈ ਕੁਛ ਨਹੀਂ ਹੋਇਆ ਸਰ ਜੀ, ਜੋ ਨਹੀਂ ਮੈਡਮ ਆਈ ਹੈ ਉਹ ਸਾਰੀ ਗੱਲ ਤਾਂ ਗਲਤ ਹੈ, ਮੇਰੀ ਘਰ ਵਾਲੀ ਗੁੱਸਾ ਹੋ ਗਈ, ਨਹੀਂ ਕੁੜੀ ਵਰਤ ਹੀ ਰਹੀ ਅੱਜ, ਹੁਣ ਮੈਂ ਨਹੀਂ ਮੈਡਮ ਆਈ, ਉਹਨੇ ਨੇ ਗੁੱਸਾ ਕੀਆ ਇਹ ਨਹੀਂ ਬੋਲ ਪਾਇਆ, ਮੇਰੀ ਘਰ ਵਾਲੀ ਬੋਲੀ ਤਬ ਜਾ ਕੇ ਡਾਕਟਰ ਮਾਰ ਬੋਲੇ ਚੱਕ ਲਿਆ ਬਸ, ਨਹੀਂ ਇਹ ਕੁੜੀ ਬਚ ਜਾਤੀ ਅੱਜ। ਸਰਾਸਰ ਡਾਕਟਰ ਦੀ ਗਲਤੀ ਹੈ ਸਰ ਜੀ, ਸਰਾਸਰ ਡਾਕਟਰ ਗਲਤੀ ਹੈ। ਨਹੀਂ ਪ੍ਰਸ਼ਾਸਨ ਕੁਛ ਮੰਗਣਾ ਕਿਤਾ, ਥੋੜ੍ਹਾ ਸ਼ਾਸਨ ਟਾਈਟ ਕਰੇ, ਐਸੇ ਕੋਈ ਨਹੀਂ ਕਿਸੇ ਨੂੰ ਬੱਚਾ ਮਰ ਜਾਏ, ਚਲੋ ਜੋ ਹੋਣਾ ਤਾਂ ਉਹ ਦੇ ਦਿਆ ਉੱਪਰ ਵਾਲਾ ਜੋ ਦੇਣਾ ਤਾਂ। ਮੌਕੇ ਮੇਂ ਇਹੀ ਗੱਲ ਹੈ ਜੋ ਨਹੀਂ ਡਾਕਟਰ ਆਏ ਨਾ ਸਰਾਸਰ ਗਲਤ ਹੈ, ਸਾਹਮਣੇ ਮੈਂ ਗਵਾਹੀ ਦੂੰਗਾ, ਜਿਸ ਕੋ ਆਪਣੇ ਘਰ ਵਾਲੀ ਬੁਲਾ ਦੂੰਗਾ, ਜਿਸ ਕੋ ਮਰਜ਼ੀ, ਇਹਨਾਂ ਨੇ ਬੜਾ ਪੁੱਠਾ ਬੋਲਾ, ਇਹ ਨਹੀਂ ਬੋਲ ਪਾਇਆ ਪ੍ਰਫੁੱਲ ਨਹੀਂ ਬੋਲ ਪਾਇਆ, ਮੇਰੀ ਘਰ ਵਾਲੀ ਬੋਲੀ ਠੀਕ ਹੈ, ਤਾਂ ਮਾੜਾ ਮੋਟਾ ਚੱਕਿਆ ਉਹਨਾਂ ਨੇ, ਮਾੜਾ ਮੋਟਾ ਚੱਕਿਆ। ਉਧਰ SMO ਦਾ ਕਹਿਣਾ ਕਿ ਉਹਨਾਂ ਕੋਲ ਸ਼ਿਕਾਇਤ ਆ ਗਈ ਹੈ ਤੇ ਇਸ ਦੀ ਜਾਂਚ ਕਰਾਈ ਜਾ ਰਹੀ ਹੈ ਤੇ ਜਿਸ ਦੀ ਵੀ ਗਲਤੀ ਹੋਵੇਗੀ ਉਸ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਹ ਮੈਨੂੰ ਪਤਾ ਲੱਗਿਆ ਕਿ ਇਹਦੀ ਕੱਲ ਸ਼ਾਮ ਨੂੰ ਆਇਆ ਤੇ ਉਦੋਂ ਇਹਦੀ ਡੈਥ ਹੋਈ ਹੈ, ਇੱਕ ਵਾਰੀ ਕਹਿੰਦੇ ਸਵੇਰੇ ਵੀ ਦਿਖਾਣ ਆਏ ਸੀਗੇ ਤੇ ਕੰਡੀਸ਼ਨ ਬਾਰੇ ਅਜੇ ਜਦੋਂ ਪੇਪਰ ਵਰਕ ਫਾਈਲ ਵਰਕ ਸਾਰਾ ਦੇਖਾਂਗੇ, ਇਹਨਾਂ ਨੇ ਕੰਪਲੇਂਟ ਦਾਇਰ ਕੀਤੀ ਹੈ ਕਿ ਡਾਕਟਰ ਦੇ ਖਿਲਾਫ ਕਿ ਸਵੇਰ ਨੂੰ ਸਾਡੇ ਠੀਕ ਤਰ੍ਹਾਂ ਪ੍ਰੋਪਰ ਕੇਅਰ ਨਹੀਂ ਹੋਈ ਤੇ ਉਹ ਫਿਰ ਉਹਦੀ ਇਨਕੁਆਇਰੀ ਮਾਰਕ ਕਰਾਂਗਾ ਤੇ ਲੈਟ ਸੀ ਬਾਕੀ ਗੱਲ ਠੀਕ ਹੈ। ਕਿਆ ਆਪਾਂ ਦੋਨਾਂ ਦੀ ਵਰਸ਼ਨ ਲਵਾਂਗੇ ਨਾ, ਡਾਕਟਰ ਸਾਹਿਬ ਨੇ ਇਨਕੁਆਇਰੀ ਜਦੋਂ ਹੋਏਗੀ ਡਾਕਟਰ ਸਾਹਿਬ ਨੂੰ ਬੁਲਾਇਆ ਜਾਏਗਾ, ਉਹਨੂੰ ਪੁੱਛਿਆ ਵੀ ਜਾਏਗਾ, ਪਹਿਲਾਂ ਤਾਂ ਇਨਕੁਆਇਰੀ ਹੋਏਗੀ ਜੀ। ਇਨਕੁਆਇਰੀ ਦੇ ਜੋ ਇਹਨਾਂ ਨੇ ਕੰਪਲੇਂਟ ਦਿੱਤੀ ਹੈ, ਇਹਨਾਂ ਨੇ ਤਾਂ ਕੰਪਲੇਂਟ ਕੀਤੀ ਹੈ ਕਿ ਡਾਕਟਰ ਨੇ ਨਹੀਂ ਦੇਖਿਆ ਧਿਆਨ ਨਾਲ, ਬਸ
ਇਹਨਾਂ ਵੱਲੋਂ ਕੰਪਲੇਂਟ ਆਇਆ। ਸਪੋਕਸਮੈਨ ਟੀਵੀ ਦੇ ਲਈ ਖੰਨਾ ਤੋਂ ਕਨਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ।